ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿ ਸੰਗਤ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦੇ ਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਅਤੇ ਇਸ ਤੋਂ ਇਲਾਵਾ ਪਿਆਰਿਓ ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ,
ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ ਇੱਕ ਤੇਰੀ ਦੀ, ਦੋ ਤੇਰੀਆਂ ਦੀ, ਪੰਜ ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ ਇੱਕ ਤੇਰੀ, ਦੋ ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ। ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 98150 99513 98150 89513। ਮੇਰੀ ਬੇਨਤੀ ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਮ ਹੀਣ ਕਰਮ ਹੀਣ ਕਰਮ ਹੀਣ ਤਨ ਕਰੇ ਬਿਨੰਤੀ ਕਦ ਨਾਨਕ ਬਾਬਾ ਦੀਪ ਸਿੰਘ।
ਹਾਲੀ ਬੰਦ ਮਤ ਮੋ ਸਜਣੇ ਆਵੇ ਕੌਣ ਮਿਲਾਵੇ ਅਜ ਮੈਂ ਫਿਰ ਮੇਲ ਮਿਲਾਵੇ ਤਨ ਗੁਰੂ ਰਾਮਦਾਸ ਜੀ ਮੇਰੇ ਪ੍ਰੀਤਮਾ ਜੀਉ ਤੁਦ ਬਿਨ ਖਰੀਨ ਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਉ ਪਾਵੇ ਅੰਨ ਨਾ ਪਾਣੀ ਪਾਣੀ ਅੰਨ ਨਾ ਪਾਵੇ ਮਰੀਏ ਹਾਵੇ ਬਿਨ ਫਿਰ ਕਿਉਂ ਸੁੱਖ ਪਾਈਏ ਗੁਰ ਅੱਗੇ ਕਰੋ ਬੇਨਤੀ ਜੇ ਗੁਰ ਪਾਵੇ ਜਿਉ ਮਿਲੇ ਤਿਵੇ ਮਿਲਾਈਏ ਆਪੇ ਮੇਲ ਲਏ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਕੰਤੇ ਪਾਵੇ ਨਾ ਫਿਰ ਮਰੇ ਨਾ ਜਾਵੇ ਜੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਕਦ ਨਾਨਕ ਆਵੇ ਵਾਰੀ ਕਦ ਨਾਨਕ ਆਵੇ ਵਾਰੀ ਕਦ ਨਾਨਕ ਵਾਹਿਗੁਰੂ 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 ਵਾਹਿਗੁਰੂ
ਸਤਿਗੁਰਾਂ ਨੇ ਸਮਾਗਮ ਸਾਡੇ ਸਾਰਿਆਂ ਦੀ ਝੋਲੀ 'ਚ ਪਾਇਆ ਹੈ। ਔਰ ਮੈਂ ਜਿਵੇਂ ਪਹਿਲੇ ਬੇਨਤੀ ਕੀਤੀ, ਸੰਗਤ ਨੂੰ ਖੁੱਲ੍ਹਾ ਸੱਦਾ ਨਹੀਂ ਦਿੱਤਾ, ਜਿਹੜੇ ਪਿਆਰ ਵਿੱਚ ਪਹੁੰਚ ਗਏ ਠੀਕ, ਚੜ੍ਹਦੀ ਕਲਾ। ਨਹੀਂ ਤਾਂ ਇਹੋ ਬੇਨਤੀ ਸੀ ਕਿ ਆਪਣੇ ਘਰਾਂ ਵਿੱਚ ਬਹਿ ਕੇ ਲਾਈਵ ਦੇ ਮਾਧਿਅਮ ਰਾਹੀਂ ਆਨੰਦ ਮਾਣੋ। ਪਰ ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ, ਸੱਚੀ ਗੱਲ, ਉਹਨਾਂ ਕੋਲੋਂ ਰਿਹਾ ਵੀ ਨਹੀਂ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਹਿਲੇ ਇਹ ਫੁਰਨਾ ਸੀ ਸਾਡਾ ਕਿ ਸਟੂਡੀਓ ਦੇ ਵਿੱਚ ਪ੍ਰੋਗਰਾਮ ਕਰੀਏ। 12 ਵਜੇ ਆਪਾਂ ਸ਼ੁਰੂ ਕਰਨਾ ਸੀ, ਤਕਰੀਬਨ 10:30 ਮੇਰੇ ਮਨ ਦੀ ਭਾਵਨਾ ਬਣੀ। ਇਹ ਹੋਸਪਿਟਲ ਵਿੱਚ ਇਹ ਜੋ ਕਮਰਾ ਹੈ, ਗੁਰੂ ਪਿਤਾ ਜੀ ਦਾ ਪ੍ਰਕਾਸ਼, ਇੱਥੇ ਹਾਜ਼ਰੀ ਭਰੀ ਹੈ। ਅਤੇ ਮਨ ਦਾ ਫੁਰਨਾ ਬਣਿਆ ਇਸ ਵਾਸਤੇ ਕਿ ਜਿੱਥੇ ਇਸ ਹਸਪਤਾਲ ਦੇ ਵਿੱਚ ਆ ਕੇ ਮਰੀਜ਼ ਦਵਾਈ ਲੈ ਕੇ ਆਪਣੇ ਸਰੀਰਕ ਰੋਗਾਂ ਦਾ ਇਲਾਜ ਕਰਵਾਉਂਦੇ ਨੇ, ਸਰੀਰਕ ਰੋਗਾਂ ਦਾ ਵੀ ਇਲਾਜ ਇਸ ਹਸਪਤਾਲ 'ਚ ਹੋ ਰਿਹਾ। ਅਤੇ ਮਨ ਦੀ ਭਾਵਨਾ ਬਣੀ, 3 ਦਿਨ ਇੱਥੇ ਗੁਰਬਾਣੀ ਦਾ ਪ੍ਰਵਾਹ ਚੱਲੇ, ਸਰੀਰ ਦੇ ਰੋਗਾਂ ਦੇ ਨਾਲ ਨਾਲ ਪਿਆਰਿਓ ਮਨ ਦੇ ਰੋਗਾਂ ਦਾ ਵੀ ਇਲਾਜ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਨਾਮ ਦੀ ਦਵਾਈ ਦੇ ਨਾਲ ਤਨ ਦੇ ਰੋਗ ਵੀ ਤੇ ਮਨ ਦੇ ਰੋਗ ਵੀ ਰਾਜੀ ਹੋਣ, ਮਨ ਦਾ ਇਹ ਫੁਰਨਾ ਬਣਿਆ। ਤੇ ਇਸ ਭਾਵਨਾ ਨੂੰ ਲੈ ਕੇ ਫਿਰ ਹਸਪਤਾਲ ਦੇ ਵਿੱਚ ਦੀਵਾਨ ਅੱਜ ਪ੍ਰਾਰੰਭ ਕੀਤਾ। ਤੇ ਸ਼ਬਦ ਆਪਾਂ ਸਾਰਿਆਂ ਨੇ ਪੜ੍ਹਿਆ, ਕਰਮਹੀਣ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ। ਮਹਾਰਾਜ ਮੇਰੀ ਵਾਰੀ ਕਦੋਂ ਆਏਗੀ? ਜਿਵੇਂ ਤੇਰੀਆਂ ਸੁਹਾਗਣਾਂ ਤੇਰੇ ਨਾਮ ਜਪਣ ਵਾਲੇ, ਤੇਰੇ ਰੰਗ ਰਤੜੇ ਤੇਰੇ ਚਰਨਾਂ ਦਾ ਆਨੰਦ ਮਾਣਦੇ ਨੇ, ਮੇਰੇ ਤੇ ਆਹ ਕਿਰਪਾ ਕਦੋਂ ਵਰਤੇਗੀ? ਹਰ ਵੇਲੇ
मैं तेरे प्यार विच भिजिया रवां जिथे बैठा तेरियां गल्लां करां तेरियां गल्लां सुणा तेरियां गल्लां सुणावां हर वक्त मेरा ध्यान मेरा जिहड़ा अंतर ध्यान है ना वो तेरे वल बस लगिया ही रवे ये वारी मेरी कदों आएगी हर वेले मैनू तेरे दीदार होंदे ही रहण ये वारी मेरी कदों आएगी आखो धन गुरु रामदास जी धन गुरु रामदास जी धन गुरु रामदास जी धन गुरु रामदास जी प्यार न लखो ने जी धन बाबा ते अज अंदरों तरला पायो और मैं सच कह रहे हैं जिथे जिथे भी तुसी बैठे हो जदों भी असी अंदरों तरला पाने ना साडी कीती कोई अंदरली पुकार सतगुरु सुनदे नहीं मन लेंदे ने मन लेंदे ने आखो धन गुरु रामदास जी धन गुरु रामदास एक मैं बड़ी प्यारी गल तुहाडी झोली च पावां तुहाडे नाल शेयर करां और ध्यान नाल सुनिया प्यार नाल सुनिया गुरु दे प्यार नूं सन्मुख रख के ये गल सुनियो सच्ची गल है जिहदे नाल प्यार होवे उहदियां फिर गल्लां भी प्यारियां लगदियां उहदी हर चीज़ सोहणी लगन लग पैंदी ਉਹ ਭਾਵੇਂ ਕਿਤੇ ਗੁੱਸੇ 'ਚ ਵੀ ਬੋਲੇ ਨਾ ਉਹਦਾ ਗੁੱਸਾ ਵੀ ਚੰਗਾ ਲੱਗਦਾ ਇਹ ਗੁੱਸਾ ਮੇਰੇ ਨਾਲ ਤਾਂ ਹੀ ਕਰਦਾ ਇਹਦਾ ਅੰਦਰੋਂ ਪਿਆਰ ਹੈ ਮੇਰੇ ਨਾਲ ਇਹ ਤਾਂ ਦੂਜਿਆਂ ਨੂੰ ਕੌਣ ਪੁੱਛਦਾ ਦੂਜਿਆਂ ਨਾਲ ਕਿਹੜਾ ਕੋਈ ਨਾਰਾਜ਼ ਹੁੰਦਾ ਇਹ ਮੇਰੇ ਨਾਲ ਅੰਦਰੋਂ ਮੁਹੱਬਤ ਕਰਦਾ ਤਾਂ ਹੀ ਮੈਨੂੰ ਇਹਨੇ ਝਿੜਕ ਦਿੱਤੀ ਹੈ ਤਾਂ ਹੀ ਇਹਨੇ ਮੇਰੇ ਨਾਲ ਨਾਰਾਜ਼ਗੀ ਆਪਣੇ ਅੰਦਰ ਰੱਖੀ ਹੈ ਇਹ ਮੇਰੇ ਨਾਲ ਬਹੁਤਾ ਹੀ ਪਿਆਰ ਕਰਦਾ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜਿਹਦੇ ਨਾਲ ਪਿਆਰ ਹੋਵੇ ਉਹਦੀ ਝਿੜਕ ਵੀ ਚੰਗੀ ਲੱਗਦੀ ਹੈ ਜਿਹਦੇ ਨਾਲ ਪਿਆਰ ਹੋਵੇ ਉਹਦੀ ਨਾਰਾਜ਼ਗੀ ਵੀ ਚੰਗੀ ਲੱਗਦੀ ਹੈ ਜਿਹਦੇ ਨਾਲ ਪਿਆਰ ਹੋਵੇ ਪਿਆਰੇ ਉਹਦੇ ਬੋਲ ਵੀ ਚੰਗੇ ਲੱਗਦੇ ਨੇ ਜਿਹਦੇ ਨਾਲ ਪਿਆਰ ਹੋਵੇ ਉਹ ਨਾ ਵੀ ਕੁਝ ਬੋਲੇ ਨਾ ਸਾਹਮਣੇ ਬੈਠਾ ਹੋਵੇ ਬੰਦਾ ਕਹਿੰਦਾ ਬਸ ਮੈਂ ਇਹਨੂੰ ਵੇਖ ਹੀ ਜਾਵਾਂ ਇਹਨੂੰ ਵੇਖਣਾ ਵੀ ਮੈਨੂੰ ਬੜਾ ਹੀ ਚੰਗਾ ਲੱਗਦਾ ਕਿਉਂਕਿ ਮੇਰੀ ਮੁਹੱਬਤ ਇਹਦੇ ਨਾਲ ਮੇਰਾ ਪਿਆਰ ਪੈ ਗਿਆ ਹੁਣ ਇਹਦੇ ਨਾਲ ਤੇ ਆਓ ਗੁਰੂ ਜੀ ਦੇ ਪਿਆਰ ਨੂੰ ਸਾਹਮਣੇ ਰੱਖ ਕੇ ਬਾਬਾ ਦੀਪ ਸਿੰਘ ਜੀ ਦੇ ਪਿਆਰ ਨੂੰ ਸਾਹਮਣੇ ਰੱਖ ਕੇ ਇੱਕ ਗੱਲ ਸਾਂਝੀ ਕਰੀਏ ਆਪਾਂ ਸਾਰੇ ਰਲ ਕੇ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਮੈਂ ਗੱਲ ਤੁਹਾਨੂੰ ਸੁਣਾਉਣ ਲੱਗਾ ਕੀਰਤਪੁਰ ਸਾਹਿਬ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜਦੋਂ ਮੌਲਕ ਗੁਰਤਾ ਗੱਦੀ ਤੇ ਬੈਠੇ ਨੌ ਨਿਧੀਆਂ 18 ਸਿੱਧੀਆਂ ਚਰਨਾਂ ਦੇ ਵਿੱਚ ਆ ਕੇ ਨਿਵਾਸ ਕਰਦੀਆਂ ਨੇ ਵੱਡੇ ਵੱਡੇ ਰਾਜੇ ਮਹਾਰਾਜੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਝੁਕਦੇ ਨੇ ਸੱਤਵੇਂ ਪਾਤਸ਼ਾਹ ਤੇ ਸੰਗਤ ਦੇ ਵਿੱਚ ਇੱਕ ਗਰੀਬੜੀ ਮਾਈ ਆਉਂਦੀ ਹੈ ਮਾਈ ਤਾਪੋ ਬੜੀ ਪਿਆਰ ਵਾਲੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਬਹੁਤ ਹੈ ਪਿਆਰ ਕਰਕੇ ਅਮੀਰੀ ਹੈ ਪਰ ਧਨ ਦੌਲਤ ਦੇ ਕਰਕੇ ਗਰੀਬੀ ਬੜੀ ਹੈ ਇਹ ਸੰਗਤ ਨੂੰ ਵੇਖਦੀ ਸੰਗਤ ਰੋਜ਼ ਕੀਮਤੀ ਚੀਜ਼ਾਂ ਚੜ੍ਹਾਉਂਦੀ ਹੈ ਮਹਾਰਾਜ ਦੇ ਚਰਨਾਂ ਵਿੱਚ ਵੱਡੇ ਵੱਡੇ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਝੁਕਦੇ ਨੇ ਤੇ ਇੱਕ ਦਿਨ ਸਾਈਡ ਤੇ ਖੜੋਤੀ ਇਹਦੇ ਅੰਦਰ ਵੀ ਪਿਆਰ ਜਾਗਿਆ ਉਹ ਕੀ ਪਿਆਰ ਪਿਆਰ ਤੇ ਅੱਗੇ ਬਹੁਤ ਕਰਦੀ ਸੀ ਪਰ ਅੱਜ ਪਿਆਰ ਦੀ ਉਸ ਚੀਜ਼ ਨੇ ਇੱਕ ਕਦਮ ਹੋਰ ਅੰਦਰ ਵਧਾ ਦਿੱਤਾ ਉਹ ਕੀ ਕਹਿੰਦੀ ਸਤਿਗੁਰੂ ਕਿੱਡੇ ਪਿਆਰੇ ਨੇ ਕਿੱਡੇ ਕਿਰਪਾ ਦਾ ਖਾਤਾ ਖੋਲਣ ਵਾਲੇ ਮਾਲਕ ਨੇ ਤੇ ਕਹਿੰਦੀ ਕਿੰਨਾ ਚੰਗਾ ਹੋਵੇ ਜੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਦਾ ਖਾਤਾ ਖੋਲਣ ਮੈਂ ਪ੍ਰਸ਼ਾਦਾ ਹੱਥੀਂ ਤਿਆਰ ਕਰਾਂ ਆਪਣੀ ਝੁੱਗੀ ਦੇ ਵਿੱਚ ਤੇ ਸਤਿਗੁਰੂ ਆਪ ਝੁੱਗੀ ਦੇ ਬਾਹਰ ਖੜੋ ਕੇ ਮੇਰੀ ਝੌਂਪੜੀ ਦੇ ਬਾਹਰ ਖੜੋ ਕੇ ਮੇਰੇ ਕੋਲੋਂ ਪ੍ਰਸ਼ਾਦਾ ਮੰਗ ਕੇ ਛਕਣ ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਇਹ ਮਨ ਦੇ ਵਿੱਚ ਇਹਨੇ ਹੋਰ ਭਾਵਨਾ ਤੇਜ ਕਰ ਲਈ ਕਿ ਕਿੰਨਾ ਚੰਗਾ ਹੋਵੇ ਜੇ ਮੈਂ ਗਰੀਬਣੀ ਦੇ ਕੋਲੋਂ ਸਤਿਗੁਰੂ ਪ੍ਰਸ਼ਾਦਾ ਛਕਣ ਕਿਰਪਾ ਕਰਨ ਮੇਰੇ ਤੇ ਰਹਿਮਤ ਕਰਨ ਤੇ ਇਸ ਚੀਜ਼ ਨੂੰ ਲੈ ਕੇ ਤਰਲੇ ਵੀ ਰੋਜ਼ ਪਾਉਂਦੀ ਹੈ ਤੇ ਇੱਕ ਦਿਨ ਕਰਦੀ ਕੀ ਕਹਿੰਦੀ ਮਹਾਰਾਜ ਜੇ ਆਏ ਪ੍ਰਸ਼ਾਦਾ ਮੈਂ ਛਕਾਵਾਂਗੀ ਕਿਵੇਂ ਘਰ ਵਿੱਚ ਇੰਨਾ ਪ੍ਰਬੰਧ ਤੇ ਹੈ ਨਹੀਂ ਕਰਾਂਗੀ ਕੀ ਹੁਣ ਸੁਣਿਓ ਧਿਆਨ ਨਾਲ ਤੇ ਇਹ ਮਾਈ ਨੇ ਕੀਤਾ ਕੀ ਮਿਹਨਤ ਮਜ਼ਦੂਰੀ ਕੀਤੀ ਇੱਕ ਦਿਨ ਤੇ ਇੱਕ ਟਕਾ ਕਮਾਇਆ ਇੱਕ ਟਕਾ ਉਹ ਟਕੇ ਦੀ ਬਾਜ਼ਾਰੋਂ ਰਸਦ ਲਿਆਂਦੀ ਤੇ ਰਸਦ ਲਿਆ ਕੇ ਨਾ ਉਹਦਾ ਬੜੇ ਪਿਆਰ ਦੇ ਨਾਲ ਭਾਵਨਾ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ ਵਾਹਿਗੁਰੂ ਵਾਹਿਗੁਰੂ ਕਰਦੇ ਆ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤੇ ਮਨ ਦੇ ਵਿੱਚ ਅਰਦਾਸਾਂ ਇਹੋ ਹੀ ਕਰਦੀ ਹੈ ਕਿ
करमहीन तन करे बिनते कद नानक आवे कद नानक आवे वारी बोल जी करमहीन तन करे बिनती कद नानक आवे कद नानक आवे वारी तन गुरु रामदास जी तन गुरु रामदास जी तन गुरु रामदास जी तन गुरु रामदास बुढ़ा शरीर ए दा लख कुब्बा है पर भावना दे नाल प्रसादा तैयार करदी है भावना दे नाल नाल तरले पौंदी गरीब नवाज पातशाह कृपा दा खाता खोलो मेर दा खाता खोलो आके ए प्रसादा अपनी रसना नूं लाओ बैगी प्यार दे विच ते सच्चाई ए सच्चाई ए बाबा नंद सिंह साहिब दा वचन है कहिंदे प्यारिया तेरे अख मीट के खोलण च देरी लग सकती है तेरे फुल तोड़न च भी देरी लग सकती है ਭੋਲਿਆ ਤੇਰੇ ਯਾਦ ਕਰਨ ਚ ਦੇਰੀ ਤੇ ਲੱਗ ਸਕਦੀ ਪਰ ਸਾਹਿਬ ਨੂੰ ਆਉਣ ਚ ਦੇਰੀ ਨਹੀਂ ਲੱਗਦੀ ਉਹਨੂੰ ਆਉਣ ਚ ਦੇਰੀ ਨਹੀਂ ਲੱਗਦੀ ਗੱਲ ਬਸ ਇੰਨੀ ਹੈ ਤੂੰ ਆਵਾਜ਼ ਮਾਰ ਉਹਨੂੰ ਅੰਦਰੋਂ ਅੰਦਰੋਂ ਇੱਥੋਂ ਤੱਕ ਮਹਾਂਪੁਰਖ ਬਚਨ ਕਰਦੇ ਸੀ ਕਹਿੰਦੇ ਇੱਕ ਆਮ ਬੰਦੇ ਨੂੰ ਵੀ ਉਹਦਾ ਨਾਂ ਲੈ ਕੇ ਆਵਾਜ਼ ਮਾਰੀ ਉਹ ਵੀ ਇੱਕ ਵਾਰੀ ਪਿਛਾਂ ਘੁੰਮ ਕੇ ਵੇਖਦਾ ਮੈਨੂੰ ਆਵਾਜ਼ ਮਾਰੀ ਉਹ ਤੂੰ ਗੁਰੂ ਰਾਮਦਾਸ ਨੂੰ ਬਾਬਾ ਦੀਪ ਸਿੰਘ ਨੂੰ ਆਵਾਜ਼ ਮਾਰੇਗਾ ਉਹ ਤੇਰੇ ਵੱਲ ਵੇਖਣਗੇ ਨਹੀਂ ਇੱਕ ਵਾਰੀ ਆਵਾਜ਼ ਤੇ ਮਾਰ ਕਹਿ ਧੰਨ ਗੁਰੂ ਰਾਮਦਾਸ ਜੀ 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 ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ ਬੜੀ ਭਾਵਨਾ ਦੇ ਨਾਲ ਇਹਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਝੁੱਗੀ ਦੇ ਵਿੱਚ ਬਹਿ ਕੇ ਉਡੀਕਣ ਲੱਗ ਪਈ ਕਿ ਧੰਨ ਗੁਰੂ ਹਰ ਰਹਿ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਆਓ ਕਿਰਪਾ ਦਾ ਖਾਤਾ ਖੋਲੋ ਤੇ ਪ੍ਰਸ਼ਾਦਾ ਰਸਨਾ ਨੂੰ ਲਾਓ ਤੇ ਦੂਜੇ ਪਾਸੇ ਜਾਣਨ ਹਾਰ ਸਤਿਗੁਰੂ ਦਿਲਾਂ ਦੀਆਂ ਜਾਣਨ ਵਾਲੇ ਘੱਟ ਘੱਟ ਕੇ ਅੰਤਰ ਕੀ ਜਾਣਤ ਬੋਲ ਭਲੇ ਬੁਰੇ ਕੀ ਗੁਰੂ ਜੀ ਨਾਲ ਸ਼ਿਕਾਰ ਖੇਡਣ ਲਈ ਨਿਕਲੇ ਤੇ ਸ਼ਿਕਾਰ ਖੇਡਦੇ ਖੇਡਦੇ ਨਾ ਅੱਗੇ ਨਿਕਲਦੇ ਜਾ ਰਹੇ ਸ਼ਿਕਾਰ ਖੇਡਣ ਵਾਸਤੇ ਨਿਕਲੇ ਨੇ ਹਾਂਜੀ ਜਦੋਂ ਨਿਕਲੇ ਅਸਥਾਨ ਤੋਂ ਤੇ ਅੱਗੇ ਵੱਲ ਮਹਾਰਾਜ ਨੇ ਥੋੜੀ ਸਪੀਡ ਨਾਲ ਘੋੜਾ ਵਧਾਉਣਾ ਸ਼ੁਰੂ ਕਰਤਾ ਜਿਹੜੇ ਅੰਗ ਰੱਖਿਅਕ ਨੇ ਉਹਨਾਂ ਨੇ ਵੀ ਤੇਜ਼ੀ ਦੇ ਨਾਲ ਘੋੜਾ ਮਗਰੇ ਮਗਰ ਦੜਾਉਣਾ ਸ਼ੁਰੂ ਕਰਤਾ ਤੇ ਇੰਜ ਲੱਗਦਾ ਜਿਵੇਂ ਸਤਿਗੁਰੂ ਕਿਸੇ ਸ਼ਿਕਾਰ ਦਾ ਪਿੱਛਾ ਕਰ ਰਹੇ ਨੇ ਇੰਨੀ ਤੇਜ਼ੀ ਨਾਲ ਘੋੜਾ ਦੌੜਾ ਰਹੇ ਪਰ ਸਾਰੇ ਬੜੇ ਹੈਰਾਨ ਹੋਏ ਦੂਰ ਜਾ ਕੇ ਸਤਿਗੁਰਾਂ ਨੇ ਇੱਕ ਝੁੱਗੀ ਦੇ ਬਾਹਰ ਆਪਣੇ ਘੋੜੇ ਨੂੰ ਖੜਾ ਕਰ ਦਿੱਤਾ ਜਦੋਂ ਝੁੱਗੀ ਦੇ ਬਾਹਰ ਘੋੜੇ ਨੂੰ ਕੀਤਾ ਨਾ ਖੜਿਆ ਇਹ ਸੀ ਮਾਈ ਤਾਬੋ ਦੀ ਝੁੱਗੀ ਇਹ ਮਾਈ ਤਾਬੋ ਅੰਦਰੋਂ ਪੁਕਾਰਾਂ ਕਰਦੀ ਹੈ ਸਤਿਗੁਰੂ ਆਓ ਪ੍ਰਸ਼ਾਦਾ ਰਸਨਾ ਨੂੰ ਲਾਓ ਕਿਤੇ ਐਸਾ ਨਾ ਹੋਵੇ ਮੇਰਾ ਬੁੱਢੜਾ ਸਰੀਰ ਏ ਤੁਹਾਡੇ ਆਉਣ ਤੋਂ ਪਹਿਲਾਂ ਹੀ ਮੇਰੀ ਜਿੰਦ ਵਿੱਚੋਂ ਮੇਰੀ ਜਾਨ ਨਿਕਲ ਜਾਵੇ ਸਤਿਗੁਰੂ ਆਓ ਕਿਰਪਾ ਕਰੋ ਮਹਾਰਾਜ ਹੁਣ ਝੁੱਗੀ ਦੇ ਬਾਹਰ ਖੜੋਤੇ ਘੋੜੇ ਤੇ ਸਵਾਰ ਇੰਦਰੋਂ ਵਾਜਾਂ ਮਾਰਦੀ ਸਤਿਗੁਰੂ ਕਦੋਂ ਆਓਗੇ ਮੇਰੇ ਪ੍ਰਸ਼ਾਦੇ ਨੂੰ ਕਦੋਂ ਰਸਨਾ ਨੂੰ ਲਾਓਗੇ ਤੇ ਤਾਂਹੀਓ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਨੇ ਆਵਾਜ਼ ਦਿੱਤੀ ਮਾਂ ਅਸੀਂ ਬਾਹਰ ਖੜੋਤੇ ਆ ਜਲਦੀ ਨਾਲ ਪ੍ਰਸ਼ਾਦਾ ਲਿਆ ਸਾਨੂੰ ਭੁੱਖ ਬੜੀ ਲੱਗੀ ਏ
ਤੇ ਮਾਈ ਬਾਹਰ ਆਈ ਤੇ ਕੀ ਵੇਖਦੀ ਏ ਧੰਨ ਗੁਰੂ ਹਰ ਰਾਏ ਸਾਹਿਬ ਉਹ ਜਿਹਦੇ ਅੱਗੇ ਸਾਰਾ ਸੰਸਾਰ ਝੁਕਦਾ ਰਿੱਧੀਆਂ ਸਿੱਧੀਆਂ ਜਿਹਦੇ ਚਰਨਾਂ ਦੇ ਵਿੱਚ ਨਿਵਾਸ ਕਰਦੀਆਂ ਨੇ ਰਾਜੇ ਮਹਾਰਾਜੇ ਜਿਹਦੇ ਦਰਸ਼ਨਾਂ ਨੂੰ ਲੋਚਦੇ ਨੇ ਅੱਜ ਉਹ ਮਾਲਕ ਅੱਜ ਉਹ ਨਿਰੰਕਾਰ ਦਾਤਾ ਮੇਰੀ ਝੁੱਗੀ ਦੇ ਬਾਹਰ ਖੜੋਤਾ ਦਰਸ਼ਨ ਦੇਖਤ ਕੀ ਸਤ ਕੀ ਨਾ ਸਤ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾ ਮਤ ਕੈ ਇੱਕ ਟਿਕਟ ਕੀ ਲਗਾ ਕੇ ਵੇਖੀ ਜਾ ਰਹੀ ਮਹਾਰਾਜ ਕਹਿੰਦੇ ਮਾਈ ਬੜੀ ਭੁੱਖ ਲੱਗੀ ਸਾਨੂੰ ਪ੍ਰਸ਼ਾਦਾ ਸ਼ਿਕਾਰ ਹੁਣ ਮਹਾਰਾਜ ਘੋੜੇ ਤੇ ਬੈਠੇ ਇਹ ਥੱਲੇ ਲੱਕ ਵੀ ਇਹਦਾ ਕੁੱਬਾ ਤੇ ਮਹਾਰਾਜ ਨੇ ਆਪ ਝੁੱਕ ਕੇ ਬੜੀ ਸ਼ਰਧਾ ਦੇ ਨਾਲ ਇਸ ਮਾਈ ਦੇ ਹੱਥੋਂ ਪ੍ਰਸ਼ਾਦਾ ਛਕਿਆ ਇਸ ਮਾਈ ਦੇ ਹੱਥੋਂ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਮਾਈ ਦੇ ਹੱਥੋਂ ਪ੍ਰਸ਼ਾਦਾ ਛਕਿਆ ਇਹਨੂੰ ਨਦਰੋ ਨਦਰੀ ਨਿਹਾੜ ਕੀਤਾ ਇਹ ਵਾਰ ਨੇ ਬਲਿਹਾਰ ਨੇ ਜਾ ਰਹੀ ਮਹਾਰਾਜ ਅੱਜ ਤੱਕ ਮੈਂ ਸੁਣਦੀ ਸਾਂ ਤੁਸੀਂ ਗਰੀਬ ਨਵਾਜ਼ ਪਰ ਅੱਜ ਅੱਖਾਂ ਨਾਲ ਵੀ ਵੇਖ ਲਿਆ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਤੇ ਇਹ ਏਡੇ ਪਿਆਰ ਵਾਲੀ ਮਹਾਰਾਜ ਪ੍ਰਸ਼ਾਦਾ ਛਕ ਰਹੇ ਤੇ ਨਾਲ ਨਾਲ ਕਹੀ ਜਾਂਦੀ ਸਤਿਗੁਰੂ ਤੂੰ ਪਾਪੀ ਮੈਂ ਬਖਸ਼ਣ ਹਾਰ ਤੂੰ ਪਾਪੀ ਮੈਂ ਬਖਸ਼ਣ ਹਾਰ ਤੂੰ ਪਾਪੀ ਮੈਂ ਬਖਸ਼ਣ ਹਾਰ ਉਹ ਜਿਹੜੇ ਸਿੱਖ ਉਹਨਾਂ ਨੂੰ ਗੁੱਸਾ ਚੜ ਗਿਆ ਇਹ ਕੀ ਉਲਟਾ ਬੋਲੀ ਜਾਂਦੀ ਕਹਿਣਾ ਚਾਹੀਦਾ ਮੈਂ ਪਾਪੀ ਤੂੰ ਬਖਸ਼ਣ ਹਾਰ ਇਹ ਕਹੀ ਜਾਂਦੀ ਤੂੰ ਪਾਪੀ ਮੈਂ ਬਖਸ਼ਣ ਹਾਰ ਜਦੋਂ ਸਿੱਖ ਟੋਕਣ ਲੱਗੇ ਮਹਾਰਾਜ ਕਹਿੰਦੇ ਇਹਨੂੰ ਟੋਕੋ ਨਾ ਇਹ ਪ੍ਰੇਮ ਵਿੱਚ ਬੋਲਦੀ ਏ ਭਾਵੇਂ ਜ਼ੁਬਾਨ ਤੋਂ ਉਲਟਾ ਬੋਲ ਰਹੀ ਏ ਪਰ ਸਾਨੂੰ ਪਤਾ ਇਹ ਕੀ ਕਹਿ ਰਹੀ ਹੈ ਇਹਦਾ ਉਲਟਿਆ ਉਲਟਾ ਬੋਲਿਆ ਵੀ ਸਾਨੂੰ ਭਾ ਰਿਹਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਇਹ ਅਸਲੀਅਤ ਵਿੱਚ ਕਹਿ ਇਹੋ ਹੀ ਰਹੀ ਹੈ ਮੈਂ ਪਾਪੀ ਤੂੰ ਬਖਸ਼ਣ ਹਾਰ ਪਰ ਬੋਲਣਾ ਦੇ ਵਿੱਚ ਪਿਆਰ ਪਿਆਰ ਚ ਇਹ ਆਈ ਜਾ ਰਿਹਾ ਤੂੰ ਪਾਪੀ ਮੈਂ ਬਖਸ਼ਣ ਹਾਰ ਮਹਾਰਾਜ ਕਹਿੰਦੇ ਮੈਨੂੰ ਇਹ ਵੀ ਚੰਗਾ ਲੱਗ ਰਿਹਾ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਬਾਣੇ ਉਹ ਉੱਪਰਲੀ ਕਿਰਿਆ ਦੁਨੀਆ ਵੇਖਦੀ ਹੈ ਪਰ ਅੰਦਰਲੀ ਕਿਰਿਆ ਦਾ ਤੇ ਪਤਾ ਸਤਿਗੁਰੂ ਨੂੰ ਇਹਦਾ ਜੀਵਨ ਕਿੱਥੇ ਖੜੋਤਾ ਹੈ ਇਹਦੇ ਅੰਦਰ ਕਿਹੜਾ ਪ੍ਰੇਮ ਹੈ ਅੰਦਰ ਦਾ ਤੇ ਸਾਹਿਬ ਨੂੰ ਪਤਾ ਹੈ ਹੁਣ ਮਹਾਰਾਜ ਨੇ ਇਹਨੂੰ ਨਦਰੋ ਨਦਰੀ ਨਿਹਾਲ ਕੀਤਾ ਜਦੋਂ ਪਰਤੇ ਕੀਰਤਪੁਰ ਸਾਹਿਬ ਤੇ ਹੁਣ ਜਿਹੜੇ ਸਿੱਖਾਂ ਨੇ ਇਹ ਕੌਤਕ ਵੇਖਿਆ ਸੀ ਉਹ ਪ੍ਰੇਮ ਦੀ ਖੇਡ ਧੋਣ ਜਾਣ ਸੀ ਅਗਲਾ ਦਿਨ ਚੜ੍ਹਿਆ ਤੇ ਇਹ ਸੋਚਦੇ ਨੇ ਸਤਿਗੁਰੂ ਜਦੋਂ ਸ਼ਿਕਾਰ ਖੇਡਣ ਜਾਂਦੇ ਸਤਿਗੁਰਾਂ ਨੂੰ ਭੁੱਖ ਲੱਗ ਜਾਂਦੀ ਹੈ ਤੇ ਕੀਤਾ ਕੀ ਸ਼ਿਕਾਰ ਸਤਿਗੁਰੂ ਖੇਡਣ ਗਏ ਤੇ ਪਿਆਰਿਓ ਉਸ ਵੇਲੇ ਨਾ ਮਹਾਰਾਜ ਨੂੰ ਕੀ ਕਹਿੰਦੇ ਮਹਾਰਾਜ ਆ ਪ੍ਰਸ਼ਾਦਾ ਤੁਸੀਂ ਛਕ ਲਓ ਤੇ ਮਹਾਰਾਜ ਨੇ ਉਸ ਵੇਲੇ ਨਾ ਥੋੜਾ ਜਿਹਾ ਬੀਰ ਰਸ ਦੇ ਵਿੱਚ ਇੰਨੀ ਗੱਲ ਕਹੀ ਕਹਿੰਦੇ ਬੇਮਰਿਆਦਾ ਹੋ ਕੇ ਪ੍ਰਸ਼ਾਦਾ ਕਿਉਂ ਛਕਾਉਣ ਲੱਗੇ ਹੋ ਬੇਮਰਿਆਦਾ ਹੋ ਕੇ ਤੁਸੀਂ ਬੇਮਰਿਆਦਾ ਹੋ ਕੇ ਪ੍ਰਸ਼ਾਦਾ ਕਿਉਂ ਛਕਾਉਣ ਲੱਗੇ ਹੋ ਤੁਸੀਂ ਜਾਣਦੇ ਹੋ ਅਸੀਂ ਪੰਗਤ ਵਿੱਚ ਬਹਿ ਕੇ ਮਰਿਆਦਾ ਨਾਲ ਲੰਗਰ ਛਕਦੇ ਹਾਂ ਲੰਗਰ ਛਕਾਉਣ ਤੋਂ ਪਹਿਲੇ ਤੁਸੀਂ ਹੱਥ ਸੁੱਚੇ ਕਰਾਉਂਦੇ ਹੋ ਇਹਨਾਂ ਚ ਬੇਮਰਿਆਦਾ ਨਾਲ ਪ੍ਰਸ਼ਾਦਾ ਕਿਉਂ ਛਕਾਉਣ ਲੱਗੇ ਤੇ ਉਸ ਵੇਲੇ ਕਹਿੰਦੇ ਮਹਾਰਾਜ ਕੱਲ ਤੇ ਤੁਸੀਂ ਸਿੱਧਾ ਹੀ ਘੋੜੇ ਤੇ ਸਵਾਰ ਸੀ ਤੇ ਉਹ ਮਾਈ ਦੇ ਹੱਥੋਂ ਉਦਾਂ ਹੀ ਛਕ ਲਿਆ ਉਦੋਂ ਦੇ ਹੱਥ ਵੀ ਨਹੀਂ ਸੁੱਚੇ ਕੀਤੇ ਉਦੋਂ ਕੋਈ ਮਰਿਆਦਾ ਪਿਆਰ ਚ ਕਹਿ ਰਹੇ ਮਹਾਰਾਜ ਨੂੰ ਤੇ ਮਹਾਰਾਜ ਉਸ ਵੇਲੇ ਪਤਾ ਕੀ ਕਹਿੰਦੇ ਭਾਉ ਭਗਤ ਦੇ ਇਹ ਭੁੱਖੇ ਸਾਹਿਬ ਪਤਾ ਕੀ ਬੋਲੇ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਮਾਈ ਪਹਿਲੀ ਕਿਰਤ ਕਰਕੇ ਲਿਆਈ ਤੇ ਸਾਡੇ ਨਾਲ ਪ੍ਰੇਮ ਕਰ ਬੈਠੀ ਤੇ ਅਸੀਂ ਕੱਲ ਉਹਦੇ ਪ੍ਰੇਮ ਦੇ ਬੱਜੇ ਹੋਇਆਂ ਨੇ ਪ੍ਰਸ਼ਾਦਾ ਉਹਦੇ ਕੋਲੋਂ ਛਕਿਆ ਤੇ ਇਹ ਪ੍ਰੇਮ ਦੀ ਰੀਤ ਅਸੀਂ ਨਹੀਂ ਚਲਾਈ ਇਹ ਪ੍ਰੇਮ ਦੀ ਰੀਤ ਸਾਡੇ ਗੁਰੂ ਨਾਨਕ ਜੀ ਨੇ ਚਲਾਈ ਹੈ ਹਾਂਜੀ ਤੇ ਸੱਚ ਦੇ ਪੁੱਛਦੇ ਹੋ ਨਾ ਪ੍ਰੇਮ ਦੇ ਭੋਜਨ ਦਾ ਸਵਾਦ ਹੀ ਵੱਖਰਾ ਹੁੰਦਾ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਤੇ ਮਹਾਰਾਜ ਨੇ ਉਸ ਵੇਲੇ ਬਚਨ ਕੀਤਾ ਕਹਿੰਦੇ ਪ੍ਰੇਮ ਸਵਾਦ ਤੇ ਪ੍ਰੀਤਮ ਤ੍ਰਿਪਤ ਹੈ ਪ੍ਰੇਮ ਪ੍ਰੀਤ ਮੋਕੋ ਅਤ ਪਿਆਰੀ ਪ੍ਰੀਤ ਕੀ ਰੀਤ ਕਿਰਿਆ ਨਿਆਰੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਕਹਿੰਦੇ ਪ੍ਰੇਮ ਦੀ ਇਹ ਜਿਹੜੀ ਰੀਤ ਹੈ ਨਾ ਇਹ ਜਿਹੜੀ ਪ੍ਰੇਮ ਦੀ ਕਿਰਿਆ ਨਾ ਬੜੀ ਨਿਆਰੀ ਹੈ ਤੇ ਇਹੋ ਹੀ ਸਾਨੂੰ ਚੰਗੀ ਲੱਗਦੀ ਹੈ ਤੁਸੀਂ ਅੱਜ ਸਿਆਣਪ ਕਰਕੇ ਸਾਨੂੰ ਪ੍ਰਸ਼ਾਦਾ ਛਕਾਉਣ ਲੱਗੇ ਕੱਲ ਪਰ ਭਾਵਨਾ ਦੇ ਨਾਲ ਮਾਈ ਨੇ ਛਕਾਇਆ ਵੇਖੋ ਪਿਆਰੇ ਹੋ
एक माई गरीबड़ी माई जिदा अगे पिछे कोई नहीं भावना दे नाल जदों गुरु हर राय साहिब सच्चे पातशाह जी नूं याद कीता ते महाराज ने सारे नेम दे बंधन तोड़ के भी ओदी मंग नूं पूरा कीता ते जदों असी अंदरों बेनती करांगे साडे ते कृपा क्यों नहीं करनगे। आओ बड़े प्यार दे विच जिन्ने के इत्थे बैठे देखो आखो तन गुरु रामदास जी तन गुरु रामदास जी प्रेम दे बजे आ गए साडे बजू मान वाले आ जसपाल भैण जी होर किड्डियां प्यारियां प्यारियां रूहां बाहरों भी संगतां ते ए जिन्ने भी तुसीं आए हो महाराज जी दी मेहर दे नाल प्रेम दे बजे आए प्रेम दे ते आओ एक तरला पाईए गरीब नवाज पातशाह जिवें ओ माई ताबो दे अंदर प्यार है ना एक किणका साडी झोली भी पा ते जेड़ी कृपा ओदे ते कीती उना ओदी मंग नूं पूरियां कीता ही साडे ते भी ओ बख्शिश करके सानू भी गल मिलदा। गुरु रामदास पातशाह जी दे प्यारे मिठड़े बोल गुरु ग्रंथ साहिब जी दे 1321 नंबर अंग दे उत्ते दर्ज हौ तुमरी करूं नित आस प्रभ मोहे कब गल लावे के बड़े प्यार च पायो तरला कोई रसना मांझी ना रहे कब गल लावेंगे कब गल लावेंगे प्रभु मोहे कब गल कब गल लावेंगे
ਗੁਰੂ ਰਾਮਦਾਸ ਜੀ ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਹਮ ਬਾਰਕ ਮੁਗਦ ਆਨ ਪਿਤਾ ਸਮਝਾਵੇਂਗੇ ਸੁਤ ਖਿਨ ਖਿਨ ਪੂਲ ਬਿਗੋਰ ਜਗਤ ਪਿਤ ਪਾਵੇ ਪਾਵੇ
गल लावेंगे। हाँ तुम नी करो नित आस प्रभ मोहे कब गल लावेंगे। कब गल लावेंगे लावेंगे।
हार कजरे मस्त्र अभर कीने उडीनी 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 कब कर आवेरी कब कर आवेरी कब कर आवेरी तन गुरु रामदास जी सरन सुहागन बाबा दीप सिंह जी बाबा दीप सिंह जी बाबा दीप सिंह जी बाबा दीप सिंह जी सरन सुहागन चरण शीश तारे लालन मोहे मिलावा कब कर आवेरी कर आवेरी कब कर आवेरी कब कर आवेरी मोहन कर आवो करो जो दरिया मान करो अभिमान बोलो भूल चूक तेरी प्रचरिया कब कर आवेरी आवो सजना हाँ देखा दर्शन तेरा रा कर अपने खड़ी तका मैं मन चा कनेरा रा मन चाओ कनेरा सुन प्रभ मेरा मैं तेरा परवासा दर्शन देख पहिने केवल जन्म मरण दुख नासा सगली जोत जाता तू सोई मिले पाए सुभाए ओ नानक साजन का जाइए साच मिले कर आए कब कर आवेरी कब कर आवेरी Bye.
ਇਹ ਸਾਡਾ ਪਾਇਆ ਹੋਇਆ ਤਰਲਾ ਆਪਣੇ ਦਰ ਕਬੂਲ ਕਰਨ ਕੀਰਤਨ ਦੀ ਹੁਣ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੇ ਇਹ ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ ਜਪਜੀ ਸਾਹਿਬ ਤੇ ਚੁਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ ਨੰਬਰ 9875909004 9875909004 ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਹੋਰ ਅੰਮ੍ਰਿਤ ਵੇਲੇ ਦੀਆਂ ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ ਬਾਬਾ ਦੀਪ ਸਿੰਘ ਮੈਂ ਤੇਰਾ ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਅਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ ਬੰਦਗੀ ਦੀ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ ਨੰਬਰ ਉਹੀ ਹੈ ਜੋ ਟੀ ਵੀ ਸਕਰੀਨ 'ਤੇ ਵੀ ਚੱਲ ਰਿਹਾ ਭਾਵੇਂ ਉਹਨਾਂ ਨੰਬਰਾਂ 'ਤੇ ਸੰਪਰਕ ਕਰ ਲਿਓ ਅਤੇ ਜਿਹੜਾ ਮੈਂ ਬੋਲਿਆ 9875909004 ਭਾਵੇਂ ਉਹਦੇ 'ਤੇ ਸੰਪਰਕ ਕਰ ਲਿਓ ਇਹ ਕਿਤਾਬ ਕੁਦਰਤ ਕੇ ਸਭ ਬੰਦੇ ਚੌਥੀ ਕਿਤਾਬ ਦਾਸ ਵੱਲੋਂ ਲਿਖੀ ਹੋਈ ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ